ਤਾਂ ਇਸ ਵਕਤ ਖੁੱਡੀਆ ਸਾਹਿਬ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਵੋਟ ਕਾਸਟ ਜਿਹੜੇ ਕਰਕੇ ਆ ਗਏ ਨੇ ਜਿਹੜਾ ਸਾਡਾ ਲੋਕਤੰਤਰ ਹੈ ਬਹੁਤ ਕੁਰਬਾਨੀਆਂ ਦੇ ਨਾਲ ਸਾਡੇ ਵੱਡ ਵਡੇਰਿਆਂ ਨੇ ਦੇਸ਼ ਦੀ ਆਜ਼ਾਦੀ ਉਸ ਤੋਂ ਬਾਅਦ ਸੰਵਿਧਾਨ ਦੇ ਰਾਹੀਂ ਸਾਨੂੰ ਵੋਟ ਰਾਜ ਮਿਲਿਆ ਜਿਹਦੇ 'ਚ ਇਹ ਸੀ ਐੱਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਹੈ, ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ 'ਤੇ ਭੇਜਿਆ ਹੈ। ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਹਾਂ। ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ। ਇਹ ਬਲ ਤੁਸੀਂ ਬਖਸ਼ਿਆ, ਕਿਉਂਕਿ ਜਨਤਾ ਦੇ ਵਿੱਚ ਹੀ, ਲੋਕਾਂ ਦੇ ਵਿੱਚ ਹੀ ਪਰਮਾਤਮਾ ਤੱਕ ਵਸਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ, ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ 'ਚ ਸੁਭਾਇਮਾਨ ਵੱਖ ਵੱਖ ਤੀਰਥ ਅਸਥਾਨਾਂ ਦੇ ਦਰਸ਼ਨ ਮੁਫ਼ਤ ਸਫ਼ਰ ਰਾਹੀਂ ਕਰ ਰਹੇ ਨੇ। ਧਾਰਮਿਕ ਅਸਥਾਨਾਂ ਦੀ ਯਾਤਰਾ ਲਈ PRTC ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਵਾਰਾਣਸੀ, ਮਥੁਰਾ, ਵਰਿੰਦਾਵਨ, ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ, ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ, ਤਲਵੰਡੀ ਸਾਬੋ, ਸ੍ਰੀ ਅਨੰਦਪੁਰ ਸਾਹਿਬ, ਮਾਤਾ ਚਿੰਤਪੁਰਨੀ, ਮਾਤਾ ਨੈਣਾ ਦੇਵੀ, ਮਾਤਾ ਵੈਸ਼ਨੋ ਦੇਵੀ, ਸਾਲਾਸਰ, ਬਾਲਾ ਜੀ ਧਾਮ, ਖਾਟੂ ਸ਼ਾਮ ਧਾਮ, ਮਾਤਾ ਜਵਾਲਾ ਜੀ ਤੱਕ ਬੱਸਾਂ ਰਾਹੀਂ ਮੁਫ਼ਤ ਸਫ਼ਰ ਕਰਵਾਇਆ ਜਾ ਰਿਹਾ। ਹੁਣ ਤੱਕ 33,500 ਤੋਂ ਵੱਧ ਸ਼ਰਧਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ। ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਭੀਮ ਰਾਓ ਬਾਬਾ ਅੰਬੇਦਕਰ ਜੀ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਹਰ ਇੱਕ ਵੱਡੇ ਤੋਂ ਵੱਡੇ ਗਰੀਬ, ਚਾਹੇ ਉਹਦਾ ਵਿਚਾਰੇ ਦਾ ਗੁਜ਼ਾਰਾ ਕਿੰਨਾ ਕੀ ਹੈ, ਉਸਦੀ ਵੋਟ ਦਾ ਵੀ ਹੈ, ਚਾਹੇ ਕੋਈ ਬਹੁਤ ਹੀ ਵੱਡਾ ਅਮੀਰ ਹੈ ਬੰਦਾ, ਉਹਦੀ ਵੋਟ ਬਰਾਬਰਤਾ ਦੀ, ਇਸ ਸਾਡੇ ਸੰਵਿਧਾਨ ਨੇ ਬਰਾਬਰਤਾ ਦਿੱਤੀ ਹੈ। ਇਸ ਦੇ ਨਾਲ ਅਸੀਂ ਆਪਣੇ ਨੁਮਾਇੰਦੇ ਚੁਣਦੇ ਹਾਂ। ਪੰਚਾਇਤੀ ਰਾਜ ਹੈ ਜਿਹੜਾ, ਇਹ ਲੋਕਤੰਤਰ ਦੀ ਜੜ ਹੈ, ਮੁੱਢ ਹੈ। ਇੱਥੇ ਇੱਕ ਵੱਡੀ ਗੱਲ ਇਹ ਹੋਇਆ ਕਰਦੀ ਹੈ ਕਿ MP ਅਤੇ MLA ਬਹੁਤ ਸਾਰੇ ਪਿੰਡਾਂ ਦਾ, ਉਹਨਾਂ ਦਾ ਜੇ MP ਤਾਂ 600 ਪਿੰਡ ਵਿੱਚ ਚਲੇ ਜਾਂਦੇ ਆ, ਜੇ MLA ਤੋਂ 80-90 ਪਿੰਡ ਹੋ ਜਾਂਦੇ ਆ। ਇੱਕ ਜਿਹੜਾ ਸਰਪੰਚ ਹੈ ਉਸਨੂੰ ਸਾਰਾ ਪਿੰਡ ਵੀ ਜਾਣਦਾ ਹੁੰਦਾ, ਸਰਪੰਚ ਵੀ ਹਰ ਘਰ ਦੇ ਆਪਣੇ ਵੋਟਰ ਨੂੰ ਜਾਣਦਾ ਹੁੰਦਾ, ਮੈਂਬਰ ਤਾਂ ਖੈਰ ਵਾਰਡ ਦੀ ਗੱਲ ਬਹੁਤ ਸੀਮਿਤ ਜੀ ਹੁੰਦੀ ਹੈ। ਤੋ ਇੱਕ ਦੂਸਰੇ ਨਾਲ ਸਿੱਧੀ ਜਾਣ ਪਛਾਣ ਅਤੇ ਸਿੱਧਾ ਰਾਬਤਾ। ਇੱਕ ਪੰਚਾਇਤ ਅਸੀਂ ਚੁਣਦੇ, ਪੰਚਾਇਤ ਰੱਬ ਦਾ ਰੂਪ ਹੁੰਦਾ। ਪੰਚਾਇਤ ਸਾਡੇ ਛੋਟੇ ਛੋਟੇ ਝਗੜੇ, ਪਿੰਡਾਂ ਦੇ ਮਨ ਮਟਾ, ਰੌਲੇ ਗੋਲੇ, ਉਹਨਾਂ ਨੂੰ ਆਪਣੇ ਤੌਰ 'ਤੇ ਬੈਠ ਕੇ ਨਿਪਟਾਰਾ ਕਰ ਦਿੰਦੀ ਹੈ, ਜਿਹਦੇ ਨਾਲ ਸਾਡੇ 'ਚ ਭਾਈਚਾਰਾ ਬਣਿਆ ਰਹਿੰਦਾ ਹੈ। ਔਰ ਪੰਚਾਇਤ ਪਿੰਡ ਦੀ ਤਰੱਕੀ 'ਚ ਵੀ ਬਹੁਤ ਸਾਰਾ ਵੱਡਾ ਹਿੱਸਾ ਪਾਉਂਦੀ ਹੈ। ਮੈਂ ਅੱਜ ਸਾਰੇ ਹੀ ਪੰਜਾਬੀਆਂ ਨੂੰ ਇਸ ਦਿਨ ਦੀ ਵਧਾਈ ਦਿੰਦਾ, ਸ਼ੁਭਕਾਮਨਾ ਵੀ ਹੈ, ਨਾਲ ਇਸ ਗੱਲ ਦੀ ਉਮੀਦ ਵੀ ਰੱਖਦਾ, ਬੇਨਤੀ ਵੀ ਕਰਦਾ ਕਿ ਸ਼ਾਂਤੀ ਬਣਾ ਕੇ, ਅਸੀਂ ਭਾਈਚਾਰੇ ਦੀ ਚੋਣ ਆ, ਇਹ ਪਾਰਟੀਆਂ ਦੀ ਚੋਣ ਨਹੀਂ। ਸਰਪੰਚ ਪਿੰਡ ਦਾ ਬਣਨਾ, ਨਾ ਕਿ ਕਿਸੇ ਪਾਰਟੀ ਦਾ ਬਣਨਾ। ਔਰ ਪਿੰਡ ਦੇ ਸਰਪੰਚ ਨੇ ਪਿੰਡ ਬਾਰੇ ਸੋਚਣਾ, ਪਿੰਡ ਦੀ ਤਰੱਕੀ ਬਾਰੇ, ਗੌਰਮੈਂਟ ਨਾਲ ਵੀ ਰਾਬਤਾ ਰੱਖਣਾ, ਪਰ ਲੋਕਾਂ ਵਿੱਚ ਸੁੱਖ ਸ਼ਾਂਤੀ ਅਤੇ ਲੋਕਾਂ ਦਾ ਭਾਈਚਾਰਾ ਬਣਾ ਕੇ ਰੱਖਣਾ, ਇੱਕ ਮੁਖੀ ਹੋ ਜਾਂਦਾ ਪਿੰਡ ਦਾ ਸਾਰੇ ਦਾ। ਤੋ ਜਿਹੜੇ ਅੱਜ ਚੁਣੇ ਜਾਣਗੇ ਉਹਨਾਂ ਨੂੰ ਮੈਂ ਪਹਿਲਾਂ ਹੀ ਸ਼ੁਭਕਾਮਨਾ ਦਿੰਦਾ, ਔਰ ਇਹ ਵੀ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ 5 ਸਾਲ ਲਈ ਨੁਮਾਇੰਦੇ ਬਣਨੇ ਆ, ਲੋਕਾਂ ਦੀ ਸਾਫ਼ ਸੁਥਰੀ ਸੇਵਾ ਕਰ। ਬਹੁਤ ਸਾਰੇ ਪੰਜਾਬ ਦੇ ਸਿਆਸਤਦਾਨ ਅਜਿਹੇ ਹੈ ਜਿਨ੍ਹਾਂ ਨੇ ਸ਼ੁਰੂਆਤ ਸਰਪੰਚੀ ਤੋਂ ਕੀਤੀ ਔਰ ਉਸ ਤੋਂ ਬਾਅਦ ਵੱਡੇ ਵੱਡੇ ਅਹੁਦਿਆਂ 'ਤੇ ਤੈਨਾਤ ਰਹੇ, ਮੁੱਖ ਮੰਤਰੀ ਤੱਕ ਪਹੁੰਚੇ। ਅੱਜ ਵੀ ਕੁਲਤਾਰ ਸਿੰਘ ਸੰਧਵਾਂ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ, ਉਹਨਾਂ ਨੇ ਵੀ ਸਰਪੰਚੀ ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਜਿਹੜੀ ਇੱਥੋਂ ਦੀ ਖੁੱਡੀਆਂ ਪਿੰਡ ਦੀ ਗੱਲ ਹੈ, 1972 'ਚ ਮੇਰੇ ਪਿਤਾ ਜੀ ਸਵਰਗਵਾਸੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਰਬਸੰਮਤੀ ਨਾਲ ਸਰਪੰਚ ਬਣਾਏ ਸਨ। ਉਸ ਤੋਂ ਬਾਅਦ ਵੀ ਸਾਡੀ ਜੇ ਕੋਈ ਚੋਣਾਂ ਹੋਈਆਂ ਤਾਂ ਭਾਈਚਾਰੇ ਨਾਲ, ਮੈਂ ਪੰਚਾਇਤੀ ਚੋਣ ਨਹੀਂ ਲੜੀ। ਹੁਣ ਜਿਹੜੀ ਇਸ ਵਾਰੀ ਲੜ ਰਿਹਾ ਮੇਰਾ ਭਤੀਜਾ ਰੁਪਿੰਦਰ ਸਿੰਘ, ਮੇਰੇ ਵੱਡੇ ਤਾਇਆ ਜੀ ਸੀ ਉਹਨਾਂ ਦਾ ਪੋਤਰਾ, ਔਰ ਫਿਰ ਵੀ ਸਾਰੇ ਪਿੰਡ ਵਿੱਚ ਭਾਈਚਾਰਾ, ਭਾਈਚਾਰਕ ਤੌਰ 'ਤੇ ਕੋਈ ਵੀ ਚੋਣ ਲੜਨ ਦਾ ਹਰ ਇੱਕ ਦਾ ਅਧਿਕਾਰ ਹੈ, ਅਤੇ ਅਸੀਂ ਤਾਂ ਸੁੱਖ ਸ਼ਾਂਤੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਹਰ ਇੱਕ ਭੈਣ ਭਰਾ ਨੂੰ। ਜਿਹੜੀ ਪਾਰਟੀਬਾਜ਼ੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਵੀ ਪਾਰਟੀ ਨੂੰ ਚੋਣ ਨਿਸ਼ਾਨ ਨਹੀਂ ਦਿੱਤੇ ਗਏ, ਵੱਖਰੇ ਚੋਣ ਨਿਸ਼ਾਨ ਦਿੱਤੇ ਗਏ, ਰਿਸਪੋਂਸ ਕਿਹੋ ਜਿਹਾ ਮਿਲਿਆ, ਫਰਕ ਕੀ ਪੈ ਗਿਆ? ਨਹੀਂ, ਇਹਦੇ ਨਾਲ ਕਾਫ਼ੀ ਫਰਕ ਪੈਂਦਾ, ਕਿਉਂਕਿ ਪਾਰਟੀ 'ਤੇ ਕਈ ਵਾਰ ਮੈਂ ਕਹਿੰਦਾ ਵੀ ਸਾਡੀ ਵੀ ਦੋ ਦੋ ਬੰਦੇ ਖੜ੍ਹੇ ਹੋ ਸਕਦੇ ਹੋਣ, ਪਾਰਟੀ 'ਤੇ ਇੱਕ ਨਿਸ਼ਾਨ ਦਿਓ, ਬੰਦਾ ਦੂਸਰਾ ਇਸ ਕਹਿੰਦਾ ਵੀ ਮੈਨੂੰ ਤਾਂ ਪੰਚਾਇਤੀ ਰਾਜ ਵਿੱਚੋਂ ਪਿੱਛੇ ਕਰ ਦਿੱਤਾ ਗਿਆ। ਵੈਸੇ
तो एक पिंड की चोण होंगी पिंड वाले भाईचारा करके सर्बसम्मति भी कर सकते टिका भी कर सकते और जो वोटा राही भी अपना नुमाइंदा चुनना तो फिर भी कोई नहीं ये वोट भी एक अधिकार है साढ़े को उस राही जे साडा नुमाइंदा चुनिया जाऊगा और सब नालों वड्डी गल है कि पिंड भाईचारा बना के रखना साडा फर्ज है। खास तौर के उपर तुहानू भी बहुत सारिया दिक्कतां देखने मिलेंगे जो एक ही पिंड च दो वर्कर हो जाते हैं वह कहना मैं भी लाना कहना मैं भी लाना वो किड्डा औखा टाइम सीगा कि उन्होंने मनाउणा जां उन्होंने समझाउणा नहीं उन्होंने देखो मनाउण की कोशिश भी है बहुत थाई ये गल सफल भी होए कई थां इस ते भी हुंदे आ भी नहीं जी मेरा हक बनता तो चलो हक मैं लोगों ने जिन्हों भी देता आप उसका हक प्रवान करा खास तौर के उपर जी विरोधी धिर धक्केशाइया के इल्जाम पिंड शहर साडा पिंड है मेरे विरोधी भी भाईचारे चो सा भरा लगता जो सरपंच लड़ रहा द्रौपदी जा लड़ रहा वो नहीं कह सकते भी कोई यह जी गल साढ़े वालों मेरे 82 पंचायत जी तुम किसी पिंड भी जाके कहो तो जो उन्होंने कोई राजीनामे किए आप बीजी किए मैं वो नहीं एक दे भी कागज कैंसल करवा दे जतन नहीं किए किए नहीं तुम सारे रौले सारे थावान से माड़े छोटे पै गए पर लंबी जो हल्का इस वालों बचा मैं सारे लंबी हल्के भैन भरावान का समुचे वोटर का समुचे जोड़े पंचायती बंद ने सियाने साडे बजुर्ग उन्होंने बहुत बहुत धनवाद किया उन्होंने बहुत वधिया भाईचारा बना के एक बार मस्ता इस वक्त साढ़े खुडिया साहब मौजूद से गलबात की है उन्होंने इस दिन कहा कि उम्मीद करते हैं पूरे पंजाब जोड़ा है एक भाईचारक संदेश जोड़ा वो दिता जाए तो शांति लोगों को बनाए रखने की अपील भी उन्होंने वालों की गई फिलहाल अपनी वोट जी कास्ट कर चुके हैं इस पंजाब भर में लगातार वोटिंग इस वक्त जी लगातार जारी है पिंड खुडिया तो कैमरा परसन अभिजीत सिंह सूर्य प्रकाश दैनिक सवेरा टीवी दैनिक सवेरा अते फॉक्स वैगन 18, 19 और 20 अक्टूबर नू जलंधर दे गुरु गोविंद सिंह स्टेडियम विच तुहाडे लई ले आए ने ऑटो एक्सपो 2024 जिस विच तुहानू मिलनगियां लग्जरी कारां बाइक्स किड जोन आकर्षक तोहफे फूड कोर्ट लाइव परफॉर्मेंसेस फ्री मेहंदी ते नेल आर्ट व्हील दोपहर 12 to 8 PM तक पहुंचो जरूर ऑटो एक्सपो 2024 एसोसिएट स्पॉन्सर अडानी गैस एंटरटेनमेंट पार्टनर मिर्ची एंड गाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर